ਦੁਨੀਆ ਭਰ ਚ ਵਸਦੀ ਸਮੁੱਚੀ ਅਲੂਵੜੀਆ ਬ੍ਰਾਦਰਰੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਅਲੂਵੜੀਆ ਪਰਿਵਾਰਾਂ ਨੂੰ ਬੇਨਤੀ ਹੈ ਜੀ ਕਿ ਕਿਰਪਾ ਕਰਕੇ ਆਪਣੇ ਕੀਮਤੀ ਸਮੇਂ ਚੋਂ 5 ਮਿੰਟ ਘੱਟ ਕੇ ਆਡੀਓ ਕਲਿੱਪ ਜ਼ਰੂਰ ਸੁਣਨਾ ਤਾਂ ਕਿ ਜਿਹੜੇ ਸਾਡੇ ਅੱਜ ਦੀ ਚੱਲ ਰਹੇ ਸਾਰੇ ਉਪਰਾਲੇ ਨੇ ਬ੍ਰਾਦਰਰੀ ਨੂੰ ਉੱਚਾ ਚੱਕਣ ਦੇ ਜਿਹੜੇ ਸਾਰੇ ਉਪਰਾਲੇ ਆਲ ਇੰਡੀਆ ਅਲੂਵੜੀਆ ਮੁਖ ਸਭਾ ਨਵਾਬ ਜੱਸਾ ਸਿੰਘ ਅਲੂਵੜੀਆ ਫਾਊਂਡੇਸ਼ਨ ਆਲ ਇੰਡੀਆ ਅਲੂਵੜੀਆ ਯੂਥ ਫੈਡਰੇਸ਼ਨ ਗੁਰਦੋਰਾ ਨਵਾਬ ਜਸਾ ਸਿੰਘ ਆਲੂਵਾਲੀਾ ਲੁਧਿਆਣਾ ਅਤੇ ਆਲੂਵਾਲੀਾ ਟੂਡੇ ਮੈਗਜ਼ੀਨ ਤੇ ਆਨਲਾਈਨ ਚੈਨਲ ਵੱਲੋਂ ਕੀਤੇ ਜਾ ਰਹੇ ਨੇ ਉਹਨਾਂ 'ਤੇ ਡੂੰਗਾ ਵਿਚਾਰ ਕੀਤਾ ਜਾ ਸਕੇ। ਦੋਸਤੋ 2014 ਦੇ ਵਿੱਚ ਜਦੋਂ ਇਹ ਮੈਗਜ਼ੀਨ ਅਨੁਵੜੀਆ ਟੂਡੇ ਅਸੀਂ ਰਜਿਸਟਰ ਕਰਵਾਈ ਤੇ ਦਿਲ 'ਚ ਕਈ ਖਿਆਲ ਸੀਗੇ ਕਿਉਂਕਿ ਸਾਡਾ ਫਰਸਟ ਐਂਡ ਐਕਸਪੀਰੀਅੰਸ ਸੀ ਮੈਗਜ਼ੀਨ ਜਾਂ ਕੋਈ ਆਨਲਾਈਨ ਚੈਨਲ ਅਸੀਂ ਕਦੇ ਚਲਾਇਆ ਨਹੀਂ ਸੀ ਪਰ ਜਜ਼ਬਾ ਜ਼ਰੂਰ ਸੀ ਕਿ ਅਸੀਂ ਕਿਹੋ ਜਿਹਾ ਪਲੇਟਫਾਰਮ ਤਿਆਰ ਕਰਨਾ ਜੇ ਤੇ ਸਾਰੇ ਅਨੁਵੜੀਆ ਬ੍ਰਾਦਰੀ ਇਕੱਠੀ ਹੋ ਸਕੇ। ਸਾਰੇ ਆਪਣੇ ਵਿਚਾਰ ਰੱਖ ਸਕਣ ਸਾਰੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਇੱਕ ਇੰਟਰਨੈਸ਼ਨਲ ਲੈਵਲ ਦੀ ਮੈਟ੍ਰੀਮੋਨੀਆ ਸਰਵਿਸ ਪ੍ਰੋਵਾਈਡ ਕੀਤੀ ਜਾ ਸਕੇ ਸਾਡੇ ਏਸ 2014 ਦੇ ਉਪਰਾਲੇ ਤੋਂ ਪਹਿਲਾਂ ਜਿੰਨੇ ਵੀ ਰਸਾਲੇ ਮੈਗਜ਼ੀਨ ਬਰਾਦਰੀ ਦੇ ਚੱਲ ਰਹੇ ਚੱਲੇ ਸੀ ਜਾਂ ਚਲ ਕੇ ਬੰਦ ਹੋ ਚੁੱਕੇ ਸੀ ਉਹ ਸਾਰੇ ਹੀ ਕਹਿ ਸਕੀਏ ਕਿ ਭਈ 1947 ਦੇ ਫਾਰਮੈਟ ਦੇ ਉੱਤੇ 6 ਜਾਂ 8 ਪੇਜਾਂ ਦੀ ਇੱਕ ਮੈਗਜ਼ੀਨ ਜਿਹਦਾ ਕਿ ਉੱਪਰ ਨਵਾਬ ਸਾਹਿਬ ਦੀ ਨਾਲ ਜਾਂ ਨੀਲੇ ਰੰਗ ਦੇ ਛਾਪੇ ਦੇ ਵਿੱਚ ਫੋਟੋ ਤੇ ਉਹੀ ਲਿमिटेड ਜਾਂ ਮਟੀਰੀਅਲ ਤੇ ਮੈਟ੍ਰਿਮੋਨੀਅਲ ਦੇ ਨਾਂ ਤੇ ਇਹੀ ਚੱਲ ਰਿਹਾ ਸੀਗਾ ਜੀ ਕਿ ਬਈ ਇੱਕ ਲਿਸਟ छਪ ਰਹੀ ਸੀ ਜਿਹਦੇ ਵਿੱਚ ਗਿਣਤੀ ਦੇ ਮੈਟ੍ਰਿਮੋਨੀਅਲਸ ਹੁੰਦੇ ਸੀਗੇ ਪੋਸਟਰਾਂ ਹੀ ਹੀ ਲੋਕਾਂ ਤੱਕ ਪਹੁੰਚ ਰਹੀ ਸੀ ਲੇਕਿਨ ਅਸੀਂ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਅਸੀਂ ਫਰਸਟ ਟਾਈਮ ਮੈਗਜ਼ੀਨ ਦਾ 5th ਕੇ 6th ਇਸ਼ੂ ਸੀਗਾ ਜਿਹਦੇ ਵਿੱਚ ਅਸੀਂ ਕਵਰ ਸਟੋਰੀ ਜਨੂੰ ਚੇਂਜ ਕੀਤੀ ਤੇ ਨਵਾਬ ਕਪੂਰ ਸਿੰਘ ਜੀ ਉੱਤੇ ਕਵਰ ਸਟੋਰੀ ਕੀਤੀ ਤੇ بڑے ਜਿਹੜੇ ਸਾਡੇ ਪਰਿਵਾਰ ਨੇ ਉਹਨਾਂ ਨੇ ਇਸ ਗੱਲ ਤੇ ਮੈਨੂੰ ਫੋਨ ਕੀਤਾ ਕਿ ਨਹੀਂ ਜੀ ਕਵਰ ਸਟੋਰੀ ਜਿਹੜੀ ਆ ਕਵਰ ਦਾ ਟਾਈਟਲ ਹੈ ਜਿਹੜਾ ਉਹ ਨਵਾਬ ਜਸ ਸਿੰਘ ਆਲੂਵੜੀਏ ਦੇ ਨਾਂ ਤੇ ਰਹਿਣਾ ਚਾਹੀਦਾ ਤੇ ਮੈਂ ਉਹਨਾਂ ਨੂੰ ਉਦੋਂ ਸਮਝਾਇਆ ਕਿ ਜਿਹੜੀਆਂ ਨਵੀਆਂ ਅੱਗੇ ਜੇ ਆਪਾਂ ਕੋਈ ਨਵੀਂ ਪ੍ਰਾਪਤੀ ਕਰਨੀ ਹੈ ਕੋਈ ਨਵੀਂ ਚੀਜ਼ ਬਣਾਉਣੀ ਹੈ ਤਾਂ ਸਾਨੂੰ ਜਿਹੜੀਆਂ ਪੁਰਾਣੀਆਂ ਰੁਵਾਇਤਾਂ ਨੇ ਕਈ ਵਾਰ ਤੋੜਨੀਆਂ ਪੈਂਦੀਆਂ ਨੇ ਬਾਬਾ ਜਸ ਸਿੰਘ ਆਲੂਵੜੀਏ ਦੀ ਹੋਂਦ ਬਗੈਰ ਅਸੀਂ ਕਿਤੇ ਵੀ ਨਹੀਂ ਖੜੇ ਆਲੂਵੜੀਆ ਬਰਾਦਰੀ ਦੇ ਬਾਣੀ ਨੇ ਪਰ ਉਹਦੇ ਨਾਲ ਨਾਲ ਜਿਹੜੇ ਹੋਰ ਪ੍ਰਮੁੱਖ ਸ਼ਖਸੀਅਤਾਂ ਹੋਈਆਂ ਨੇ ਬਾਬਾ ਜੀ ਦੇ ਜੀਵਨ ਤੋਂ ਪਹਿਲਾਂ ਜਾਂ ਬਾਬਾ ਜੀ ਜੀਵਨ ਤੋਂ ਬਾਅਦ ਜਿਨ੍ਹਾਂ ਨੇ ਅਧੂ ਬੜੀਆ ਬਰਾਦਰੀ ਦਾ ਮਾਣ ਉੱਚਾ ਕੀਤਾ ਜਿਨ੍ਹਾਂ ਨੇ ਸਮਾਜ ਦੇ ਵਿੱਚ ਲੋਕਾਈ ਦੇ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹਨਾਂ ਦਾ ਵੀ ਓਨਾ ਹੀ ਹੱਕ ਬਣਦਾ ਮੈਗਜ਼ੀਨ ਦੇ ਕਵਰ ਸਟੋਰੀ ਤੇ ਆਉਣ ਦਾ ਜਿਨ੍ਹਾਂ ਕੇ ਨਵਾਬ ਜਸਾ ਸਿੰਘ ਆਲੂ ਬੜੀਆ ਇਦਾਰਤ ਦਾ ਸੋ ਸਸੀ ਇਸ ਇਹ ਨਵੀਆਂ ਸੋਚਾਂ ਲੈ ਕੇ ਜਦੋਂ ਤੁਰੇ ਤੇ ਬਹੁਤ ਐਕਸੈਪਟੈਂਸ ਹੌਲੀ ਹੌਲੀ ਬਣਨ ਲੱਗੀ ਜਦੋਂ ਮੈਨੂੰ ਯਾਦ ਹੈ ਪਹਿਲੀ ਵਾਰ ਅਸੀਂ ਮੈਗਜ਼ੀਨ ਸੋਸ਼ਲ ਮੀਡੀਆ ਤੇ ਬ੍ਰਾਡਕਾਸਟ ਕਰਨੀ ਸ਼ੁਰੂ ਕੀਤੀ ਉਹਦੇ ਵਿੱਚ ਵੀ 100 ਇਸ਼ੂਸ ਆਏ ਮੈਗਜ਼ ਔਨਲਾਈਨ ਤੇ ਪ੍ਰਿੰਟ ਦੋਵੇਂ ਇਕੱਠੇ ਅਸੀਂ ਕਿੰਨੇ ਸਾਲ ਲਗਾਤਾਰ ਚਲਾਏ ਪਰ ਅਫਸੋਸ ਦੋਸਤੋ ਅੱਜ ਮੈਂ ਇਹ ਇਹ ਵੀਡੀਓ ਇਸ ਕਰਕੇ ਬਣਾ ਰਹੇ ਆ ਕਿ ਸਾਡੇ ਜਿਹੜੇ ਲੋਕ ਨੇ ਉਹ ਇਹ ਗੱਲ ਕਰਨ ਲੱਗੇ ਸੋਚਦੇ ਵੀ ਨਹੀਂ ਹੈਗੇ ਕਿ ਬਈ ਕਿ ਜਿਹੜੇ ਬੰਦੇ ਇੰਨੇ ਸਾਲਾਂ ਤੋਂ ਇੰਨੇ ਪੈਸੇ ਪੱਲਿਓ ਲਾ ਕੇ ਇਹਨਾਂ ਜਿੰਨਾਂ ਦੀਆਂ ਸਾਰੀਆਂ ਚੀਜ਼ਾਂ ਖੜੀਆਂ ਕੀਤੀਆਂ ਨੇ ਅੱਜ ਉਹਨਾਂ ਦੀ ਮਨੋਸਥਿਤੀ ਉਹਨਾਂ ਦਾ ਮਨੋਬਲ ਤੇ ਪ੍ਰਭਾਵ ਜੇ ਤੁਸੀਂ ਮੋਟੀਵੇਟ ਨਹੀਂ ਕਰ ਸਕਦੇ ਤਾਂ ਡੀਮੋਟੀਵੇਟ ਕਰਨ ਦਾ ਤੁਹਾਡਾ ਕੋਈ ਹੱਕ ਨਹੀਂ ਬਣਦਾ ਮੈਨੂੰ ਲੱਗਦਾ ਹੈ ਸਾਡੇ ਕੋਲ ਹਰ ਮਹੀਨੇ ਦੇ ਪਹਿਲੇ ਐਤਵਾਰ ਜਿਵੇਂ ਅਸੀਂ ਆਲੂਵੜੀ ਗੁਰਦੁਆਰਾ ਸਾਹਿਬ ਲੁਧਿਆਣੇ ਅ ਆਲੂਵੜੀ ਆਫ ਫੈਮਿਲੀ ਗੈੱਥਰ ਮੈਟ੍ਰੀਮੋਨੀਅਲ ਫੈਮਿਲੀ ਗੈੱਥਰ ਕਰਦੇ ਆ ਉਹਦੇ ਵਿੱਚ ਪਰਿਵਾਰ ਆਉਂਦੇ ਨੇ ਜੀ ਤੇ ਅ ਅਸੀਂ ਨਾ ਜੀ ਸਾਡੇ ਬੇਟੇ ਵਾਸਤੇ ਜਦੋਂ ਰਿਸ਼ਤਾ ਲੱਭਣ ਲੱਗੇ ਅੱਜ ਤੋਂ 35 ਸਾਲ ਪਹਿੰਦਾ ਨਾ ਸਾਡਾ ਰਿਸ਼ਤਾ ਫਰਾਨੀ ਮੈਗਜ਼ੀਨ ਫਰਾਨੇ ਸ਼ਹਿਰ ਤੋਂ ਆਲੂਵੜੀਆਂ ਦੀ ਚੱਲਦੀ ਸੀ ਉਹਦੇ ਜਰੀਏ ਹੋਇਆ ਸੀਗਾ ਜੀ ਅੱਜ ਫਿਰ 35 ਸਾਲਾਂ ਬਾਅਦ ਨਾ ਅਸੀਂ ਫਿਰ ਜਦੋਂ ਆਪਣੇ ਮੁੰਡੇ ਬਾਰੇ ਪੁੱਛਣ ਲੱਗੇ ਤਾਂ ਸਾਰਾ ਸੀ ਪੁੱਛਿਆ ਕਿ ਵੀ ਅੱਜ ਮੈਗਜ਼ੀਨ ਕਿਹੜੀ ਚੱਲਦੀ ਆ ਸਾਨੂੰ ਤੁਹਾਡੇ ਬਾਰੇ ਪਤਾ ਲੱਗਿਆ ਸੀ ਇਹ ਤੁਹਾਡੇ ਕੋਲ ਆਈਆਂ ਜੀ ਯਾਨੀ ਕਿ 35 ਸਾਲ ਪਹਿਲਾਂ ਤੁਹਾਨੂੰ ਇੱਕ ਵਾਰ ਮੈਗਜ਼ੀਨ ਦੀ ਬਰਾਦਰੀ ਦੀ ਲੋੜ ਪਈ ਜਿਹਦੇ ਵਿੱਚ ਕਿ ਤੁਸੀਂ ਆਪਣਾ ਵਿਆਹ ਕਰਵਾ ਲਿਆ ਤੇ ਬਸ ਮੁੜ ਕੇ ਆਪਣੇ ਆਪਣੇ ਕੰਮਾਂ ਤੇ ਲੱਗ ਗਏ ਬਰਾਦਰੀ ਦਾ ਕਦੇ ਤੁਸੀਂ ਕੋਈ ਸੁਖ ਨਹੀਂ ਲਈ ਤੇ ਅੱਜ ਜਦੋਂ 35 ਸਾਲਾਂ ਬਾਅਦ ਅਜ ਬੱਚਾ ਬਿਆਉਣ ਦੀ ਵਾਰੀ ਆਈ ਹੈ ਤਾਂ ਫਿਰ ਤੁਹਾਨੂੰ ਅਜ ਦੁਬਾਰਾ ਮੈਗਜ਼ੀਨ ਦੀ ਲੋੜ ਪਈ ਹੈ ਤੇ ਹੁਣ ਇਹ ਤੋਂ ਵੀ ਅਗਲੇ 35 ਸਾਲਾਂ ਬਾਅਦ ਹੀ ਤੁਸੀਂ ਬਰਾਦਰੀ ਚੌੜਾ ਹੈ ਤੇ ਫਿਰ ਜਦੋਂ ਇਹ ਪਰਿਵਾਰ ਆ ਕੇ ਇਹ ਗੱਲ ਕਹਿੰਦੇ ਨੇ ਕਿ ਜੀ ਇਹ ਤਾਂ ਜੀ ਸਰਵਿਸ ਫ੍ਰੀ ਹੋਣੀ ਚਾਹੀਦੀ ਹੈ ਜੀ ਇਹਦਾ ਤਾਂ ਕੋਈ ਪੈਸਾ ਨਹੀਂ ਹੋਣਾ ਚਾਹੀਦਾ ਜੀ ਇਹ ਤਾਂ ਸੇਵਾ ਹੋਣੀ ਚਾਹੀਦੀ ਹੈ ਜੀ ਸਿਰਫ ਕੋ ਸੇਵਾ ਹੋਣੀ ਚਾਹੀਦੀ ਹੈ ਸੇਵਾ ਤਾਂ ਹੋ ਸਕਦੀ ਹੈ ਜੇ ਸਾਰੇ ਪਰਿਵਾਰ ਰਲ ਕੇ ਇਹਨੂੰ ਚਲਾਉਂਦੇ ਹੋਣ ਜੇ ਚਾਰ ਪੰਜ ਬੰਦਿਆਂ ਨੇ ਇਹਦਾ ਬੀੜਾ ਚੁੱਕ ਲਿਆ ਇਸ ਸਾਰੇ ਦੇ ਸਾਰਾ ਭਾਰ ਤੁਸੀਂ ਉਹਨਾਂ ਦੇ ਉੱਤੇ ਪਾ ਦੇਣਾ ਕਿ ਹਾਂ ਕਿ ਭਈ ਹੁਣ ਇਹੀ ਆਪਣੀ ਜਿੜਾਤਾ ਆਪਣੀਆਂ ਐਫਡੀਆਂ ਤੋੜਾਉਣ ਚਾਹੇ ਮੰਗਣ ਤੰਗਣ ਜੋ ਮਰਜ਼ੀ ਕਰਨ ਤੇ ਭਈ ਇਹ ਹੁਣ ਇਸ ਚੀਜ਼ ਦਾ ਪੀੜਾ ਚੁੱਕ ਕੇ ਰੱਖਣਾ ਇਹ ਬਹੁਤ ਹੀ ਮਾੜੀ ਗੱਲ ਜਿਹੜੀ ਸਾਡੇ ਪਰਿਵਾਰਾਂ ਦੀ ਹੈ ਉਹ ਅੱਜ ਦੇਖਣ ਨੂੰ ਮੂਰੇ ਆਉਂਦੀ ਹੈ ਸਾਡੇ ਕੋਲ ਆ ਕੇ ਪਰਿਵਾਰ ਬਹਿ ਜਾਣਗੇ ਜੀ ਇੱਥੇ ਗੈਟ ਟੂਗੇਦਰ ਤੇ ਕਿ ਭਈ ਜਿਹੜੇ ਪਰਿਵਾਰ ਆ ਰਹੇ ਨੇ ਅਸੀਂ ਉਹਨਾਂ ਨੂੰ ਮਿੜੀਏ ਸਾਡੇ ਕੋਲ ਫਾਰਮ ਪਰਵਾ ਕੇ ਨਾ ਫ੍ਰੀ ਰੱਖਾ ਦੇਣਗੇ ਜੀ ਤਾਂ ਸਾਡਾ ਫਾਰਮ ਤੁਸੀਂ ਲਾ ਦਿਓ ਜੀ अच्छा ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਨਾ ਜੀ ਅਸੀਂ ਇੱਥੇ ਬੈਠੇ ਆ ਜਿਹੜੇ ਪਰਿਵਾਰ ਆ ਰਹੇ ਨੇ ਇਹਨਾਂ ਨੂੰ ਮਿਲ ਲਈਏ ਕਿ ਬਈ ਜ਼ਰੂਰ ਮਿਲੋ اچھا ਫਿਰ ਜਦੋਂ ਮੈਟ੍ਰੀਮੋਨੀਅਲ ਦੇਣ ਦੀ ਵਾਰੀ ਆਊਗੀ ਨਹੀਂ ਜੀ ਅਸੀਂ ਨਾ ਫਿਰ ਹੁਣ ਅਗਲੇ ਐਤਵਾਰ ਫੇਰ ਆਵਾਂਗੇ ਅਗਲੇ ਮਹੀਨੇ ਤੋਂ ਪਹਿਲੇ ਐਤਵਾਰ ਉਦੋਂ ਦੇਖ ਲਾਂਗੇ ਤੁਹਾਡੇ ਕੋਲ ਫਾਰਮ ਜਮ੍ਹਾਂ ਕਰਾਉਣਾ ਤੇ ਨਹੀਂ ਕਰਾਉਣਾ ਚਲੋ ਬੜੇ ਚੰਗੇ ਪਰਿਵਾਰ ਵੀ ਨੇ ਜਿਹੜੇ 1 ਮਿੰਟ ਤੋਂ ਪਹਿਲਾਂ ਪੁੱਛਦੇ ਨੇ ਹਾਂਜੀ ਕੀ ਪ੍ਰੋਸੀਜਰ ਹੈ ਜੀ ਆਹ ਪ੍ਰੋਸੀਜਰ ਹੈ ਠੀਕ ਹੈ ਜੀ ਲਓ ਜੀ ਅਸੀਂ ਭੇਜਦੇ ਹਾਂ ਠਾ ਕਰਦੇ ਅਗਲੇ ਉਸ ਚੀਜ਼ ਨੂੰ ਪੂਰਾ ਕਰਦੇ ਤੇ ਅਸੀਂ ਨਾਲੋ ਨਾਲ ਉਹਨਾਂ ਦਾ ਮੈਟ੍ਰੀ ਤੇ ਜਿਹੜੀ ਚੀਜ਼ ਅਸੀਂ ਅੱਜ ਕਰ ਰਹੇ ਆ ਵਰਲਡ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਅਸੀਂ ਮੈਟ੍ਰੀਮੋਨੀਅਲ ਸਰਵਿਸ ਪ੍ਰੋਵਾਈਡ ਕਰ ਰਹੇ ਆ ਸਾਡੇ ਨਾਲ ਤਾਂ ਕੋਈ ਵੀ ਨਹੀਂ ਕੰਮ ਕਰ ਪਾਰਿਆ ਜੀ ਕਿਉਂਕਿ ਜਿਹੜੀ ਡੈਡੀਕੇਸ਼ਨ ਚਾਹੀਦੀ ਹੈ 24 ਘੰਟੇ ਦਾ ਕੰਮ ਹੈ ਜੀ ਇਹਨੂੰ ਇਹ ਕਿਹਾ ਜਾਵੇ ਕਿ ਹਾਂ ਕਿ ਵੀ ਕਿ ਇਹ ਪਾਰਟ ਟਾਈਮ ਕਿ ਲੋਕਾਂ ਨੂੰ ਇਹ ਦੇਖਦਾ ਕਿ ਮਹੀਨੇ ਦਾ ਪਹਿਲਾ ਇੱਕ ਵਾਰ ਮੈਗਜ਼ੀਨ ਕਿਵੇਂ ਬਣਦੀ ਹੈ ਮੈਟ੍ਰੀਮੋਨੀਅਲ ਕਿਵੇਂ ਇਕੱਠਾ ਹੁੰਦਾ ਲਿਸਟ ਕਿਵੇਂ ਬਣਦੀ ਹੈ ਮੈਗਜ਼ੀਨ ਦਾ ਸਾਰਾ ਮੈਟਰ ਕਿਵੇਂ ਤਿਆਰ ਹੁੰਦਾ ਇਹ ਤਾਂ ਇੱਕ 파ਰਟ ਆ ਮੈਗਜ਼ੀਨ ਸਾਡੇ ਸਾਰੇ ਕੰਮ ਦਾ ਉਹ ਤੋਂ ਇਲਾਵਾ ਸਭਾ ਮ ਫੈਡਰੇਸ਼ਨ ਫਾਊਂਡੇਸ਼ਨ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਕੱਠੀਆਂ ਚੱਲ ਰਹੀਆਂ ਨੇ ਇੱਥੇ ਬਹੁਤ ਐਫਰਟ ਤੇ ਡੈਡੀਕੇਸ਼ਨ ਲੱਗਦੀ ਹੈ ਪਰ ਸਾਡੇ ਲੋਕ ਪਤਾ ਨਹੀਂ ਇਸ ਇਹ ਕਿਉਂ ਛੋਟੀਆਂ ਸੋਚਾਂ ਦੇ ਵਿੱਚ ਪੈ ਗਏ ਨੇ ਕਿ ਭਈ ਹੁਣ ਅੱਛਾ ਆ ਕੇ ਦੇ ਦੇ ਕਿ ਹੱਛੇ ਜੀ ਤੁਹਾਡਾ ਬੇਟਾ ਤੁਹਾਡਾ ਕੀ ਕਰਦਾ ਜੀ ਬੇਟਾ ਸਾਡਾ ਫਲਾਣਾ ਕੰਮ ਕਰ ਰਿਹਾ 4 ਲੱਖ ਰੁਪਏ ਮਹੀਨੇ ਦੀ ਤਨਖਾਹ ਹੈ ਜੀ 4 ਲੱਖ ਰੁਪਏ ਮਹੀਨੇ ਦੀ ਤਨਖਾਹ ਹੈ ਤੇ ਮੈਟ੍ਰੀਮੋਨੀਅਲ ਵਾਸਤੇ ਦੇਣ ਲਈ ਪੈਸੇ ਨਹੀਂ ਹੈਗੇ ਸਾਡੇ ਕੋਲ ਉਹ ਤਾਂ ਫ੍ਰੀ ਹੋਣਾ ਚਾਹੀਦਾ ਜੀ ਉਹ ਤਾਂ ਇਹ ਹੋਣਾ ਚਾਹੀਦਾ ਜੀ ਉਹ ਤਾਂ ਸਲਾਹ ਦੇਣ ਵਾਲੇ ਬਹੁਤ ਲੋਕ ਨੇ ਜੀ ਆਹ ਕਰਨਾ ਚਾਹੀਦਾ ਆਹ ਕਰਨਾ ਚਾਹੀਦਾ ਜਦੋਂ ਕਹਿੰਦੇ ਆਓ ਫਿਰ ਭਾਈ ਨਾਲ ਨਹੀਂ ਸਾਡੇ ਕੋਲ ਤਾਂ ਟਾਈਮ ਨਹੀਂ ਹੈਗਾ ਜੀ ਟਾਈਮ ਨਹੀਂ ਹੈਗਾ ਤਾਂ ਫਿਰ ਸਲਾਹ ਦੇਣ ਦੀ ਵੀ ਕੀ ਲੋੜ ਹੈ ਸਲਾਹ ਉਹ ਦੇਣੀ ਚਾਹੀਦੀ ਹੈ ਜਿਸ ਸਲਾਹ ਦੇ ਵਿੱਚ ਤੁਸੀਂ ਬਰਾਬਰ ਨਾਲ ਤੁਰ ਸਕੋ ਤੁਹਾਡੇ ਵੀ ਨਹੀਂ ਹੈਗੇ ਤੇ ਗੱਲਾਂ ਵੀ ਕਰਦੀਆਂ ਨਹੀਂ ਸੋ ਇਹ ਸਾਰੀਆਂ ਚੀਜ਼ਾਂ ਅਸੀਂ ਚੱਲਦੇ ਹੋਏ ਜਿਵੇਂ ਮਰਜ਼ੀ ਹੈ ਜੀ ਅਸੀਂ ਚਲੋ ਸਾਡਾ ਇੱਕ ਮਿਸ਼ਨ ਹੈ ਅੱਜ ਲੋਕਾਂ ਨੂੰ ਅੱਜ ਵੀ ਸਮਝ ਨਹੀਂ ਆ ਰਹੀ ਕਿ ਬਈ ਅਸੀਂ ਕਰ ਕੀ ਰਹੇ ਹਾਂ ਕਿਉਂਕਿ ਸੋਚ ਛੋਟੀ ਹੈ ਸਿਰਫ ਆਪਣੇ ਪਰਿਵਾਰਾਂ ਦਾ ਕਪੜੇ ਘਰਾਂ ਤੱਕ ਸੀਮਿਤ ਹੋ ਗਏ ਨੇ ਲੋਕ ਬਾਬਾ ਬਰਾਦਰੀ ਨਾ ਜੀ ਬਰਾਦਰੀ ਕੁਛ ਕਰਦੀ ਨਹੀਂ ਤੇ ਬਰਾਦਰੀ ਮਤਲਬ ਇਸ ਬਰਾਦਰੀ ਆ ਪਰਸਨ ਕਿ ਭਈ ਉਹਤੇ ਤੁਸੀਂ ਇਕੱਲੇ ਤੇ ਪਾ ਦੋਗੇ ਬਰਾਦਰੀ ਕੀ ਹੈ ਬਰਾਦਰੀ ਸਾਡੇ ਸਾਰਿਆਂ ਨਾਲ ਰਲੇ ਤੇ ਆ ਤੇ ਜੇ ਅਸੀਂ ਆਪਣੇ ਇੰਨੇ ਕ ਵਿਅਸਤਾ ਹਰ ਗੱਲ ਤੇ ਜਵਾਬ ਦੇ ਦੇ ਦਿੰਨੇ ਕਿ ਜੀ ਸਾਡੇ ਕੋਲ ਤਾਂ ਟਾਈਮ ਹੈ ਨਹੀਂ ਮੀਟਿੰਗ ਤੇ ਆਉਣ ਲਈ ਉਹ ਭਾਜੀ ਉਹਦੇ ਉੱਤੇ ਸਾਸੀਂ ਕਿੱਥੇ ਲੈ ਸਕਦੇ ਆ ਸਾਡਾ ਤਾਂ ਨੌਕਰੀ ਪੇਸ਼ੇ ਬੰਦੇ ਆ ਕਾਰੋਬਾਰੀ ਬੰਦੇ ਆ ਭਾਜੀ ਸਾਡੇ ਕੋਲ ਤਾਂ ਟਾਈਮ ਹੈ ਜੇ ਹੈ ਨਹੀਂ ਤੇ ਫਿਰ ਭਾਜੀ ਫਿਰ ਤੁਸੀਂ ਦੂਜੇ ਤੇ ਉਂਗਲ ਚੱਕਣ ਨੂੰ ਕੀ ਕੀ ਹੱਕ ਰੱਖਦੇ ਹੋ ਤੁਸੀਂ ਪਹਿਲਾਂ ਆਪ ਕੁਝ ਕੀਤਾ ਜਾਵੇ ਫਿਰ ਉਸ ਤੋਂ ਬਾਅਦ ਅੱਗੇ ਗੱਲ ਕੀਤੀ ਜਾਵੇ ਤਾਂ ਗੱਲ ਸਮਝ ਵੀ ਆਉਂਦੀ ਹੈ ਕਿ ਵੀ ਹੈ ਕੁਝ ਅੱਛਾ ਜਿਹੜੇ ਹੁਣ ਅਤੁਰ ਪੈਂਦੇ ਨੇ ਜੀ ਬਾੜਾ-ਬੋਟਾ ਉਹ ਬਰਾਦਰੀਆਂ ਨੁਕਸਾਨ ਕਰਨ ਨੂੰ ਪੁੱਠਾ ਤੁਰ ਪੈਂਦੇ ਨੇ ਆਪਣੀ ਰਾਜਨੀਤੀ ਚਮਕਾਉਣ ਨੂੰ ਕਿ ਭਈ ਅਸੀਂ ਪੋਲੀਟੀਕਲ ਡੈਜ਼ਿਗਨੇਸ਼ਨ ਕੋਈ ਲੈ ਲਈਏ ਜਾਂ ਕਿਸੇ ਪੋਲੀਟੀਕਲ ਪਾਰਟੀ ਦੇ ਵਿੱਚ ਆਪਣਾ ਆਪਣਾ ਸਤਾਰਿਕ ਉੱਚਾ ਕਰਨ ਵਾਸਤੇ ਬਰਾਦਰੀ ਦਾ ਬੈਨਰ ਆਪਾਂ ਯੂਜ਼ ਕਰ ਲਈਏ ਤੇ ਅਸੀਂ ਉਹਨਾਂ ਦੇ ਖਿਲਾਫ ਹਾਂ ਨਹੀਂ ਕਦੇ ਵੀ ਨਹੀਂ ਉਹਨਾਂ ਨੂੰ ਚੱਲਣ ਦੇਵਾਂਗੇ ਨਾ ਚੱਲਣ ਦਿੱਤਾ ਤਾਂ ਨਾ ਅੱਗੇ ਚੱਲਣ ਦੇਵਾਂਗੇ بڑے ਲੋਗ ਇਹੋ ਜਿਹੇ ਨਿਕੰਮੇ ਨੇ ਇਹੋ ਜਿਹੇ ਮਤਲਬ ਕਿ ਲਫ਼ਜ਼ ਨਹੀਂ ਹੈਗੇ ਮੈਨੂੰ ਉਹਨਾਂ ਲਈ ਕਹਿਣ ਲਈ ਕਿ ਜਿਹੜੇ ਸਿਰਫ ਆਪਣੀ ਫੋਕੀ ਚੌਧਰ ਵਡਾਉਣ ਖਾਤਰ ਸਿਰਫ ਇੱਕ ਪੋਲੀਟੀਕਲ ਬੈਨੀਫਿਟ ਲੈਣ ਖਾਤਰ ਇਹ ਇਹੋ ਜਿਹੇ ਪੁੱਠੇ ਕੰਮ ਕਰਦੇ ਨੇ ਜਿਹੜੇ ਆ ਕੇ ਬਰਾਦਰੀ ਦਾ ਨਾਮ ਯੂਜ਼ ਕਰਦੇ ਨੇ ਤੇ ਉਹਨਾਂ ਦਾ ਤਾਂ ਫਰਦਾ ਵੀ ਕੁਝ ਨਹੀਂ ਪਾ ਅਸੀਂ ਪਿਛਲੇ 15 ਸਾਲਾਂ 'ਚ ਵਸੇਰਿਆਂ ਨੂੰ ਦੇਖਿਆ 2008 ਤੋਂ ਜੋ ਇਹ ਉੱਥੇ ਜਿਵੇਂ ਜਿਵੇਂ ਉੱਥੇ ਕਿਵੇਂ ਕਿਵੇਂ ਖੁੱਡੇ ਲੈਣ ਵੜ ਗਏ ਨੇ ਦੁਬਾਰਾ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਨਾਮ ਹਮੇਸ਼ਾ ਉਹਦਾ ਰਹਿਣਾ ਹੈ ਜਿਹੜਾ ਬੰਦਾ ਲੁਕਾਈ ਦੇ ਕੰਮ ਦੇ ਵਿੱਚ ਆਪਣਾ ਹੀ ਯੋਗਦਾਨ ਪਾਉਂਦਾ ਜੰਗਲ 'ਚ ਅੱਗ ਲੱਗੀ ਹੋਵੇ ਤੇ ਜਿਨ੍ਹਾਂ ਨੇ ਅੱਗ ਲਾਈ ਹੋਵੇ ਉਹ ਬੈ ਕੇ ਤਮਾਸ਼ਾ ਦੇਖ ਰਹੇ ਹੋਣ ਜਿਹੜੇ ਆਪਣੀ ਜਾਨ ਬਚਾ ਕੇ ਭੱਜਦੇ ਡਰ ਦੇ ਲੁਕਦੇ ਹੋਣ ਉਹਨਾਂ ਨੂੰ ਵੀ ਸਮਾਜ ਯਾਦ ਰੱਖਦਾ ਪਰ ਚਾਹੇ ਇੱਕ ਛੋਟੀ ਦੀ ਚਿੜੀ ਟੋਬੇ ਤੋਂ ਪਾਣੀ ਆਪਣੀ ਚੁੰਝ ਵਿੱਚ ਭਰ ਕੇ ਅੱਗ ਤੇ ਸੁੱਟਦੀ ਹੋਵੇ ਉਹਦਾ ਕੀਤਾ ਹੋਇਆ ਕੰਮ ਅੱਗ ਨੂੰ ਬੁਝਾਉਣ ਦੇ ਵਿੱਚ ਜੰਗਲ ਨੂੰ ਬਚਾਉਣ ਦੇ ਵਿੱਚ ਜਿਹੜਾ ਯੋਗਦਾਨ ਹੁੰਦਾ ਉਹ ਇਤਿਹਾਸ 'ਚ ਲਿਖਿਆ ਜਾਂਦਾ ਠੀਕ ਹੈ ਅਸੀਂ ਛੋਟੇ ਆ ਕੋਈ ਗੱਲ ਨਹੀਂ ਕਿਹਾਗੇ ਅਸੀਂ ਬਹੁਤ ਵੱਡੇ ਆ ਕਿਤੇ ਪਰ ਜਿੰਨੇ ਜੋਗੇ ਹੈਗੇ ਆ ਅਸੀਂ ਲਗਾਤਾਰ ਆਪਣੇ ਇਨੀਸ਼ੀਏਟਿਵ ਚਾਲੀ ਰੱਖੇ ਹੋਏ ਨੇ ਕਿ ਬਰਾਦਰੀ ਦੀ ਹੋਂਦ ਤੇ ਬਾਬਾ ਜੱਸਾ ਸਿੰਘ ਆਲੂਵੜੀ ਦਾ ਜਿਹੜਾ ਨਾਮ ਹੈ ਉਹ ਕਦੇ ਵੀ ਥੰਦੇ ਨਾ ਆਵੇ 2018 ਦੇ ਵਿੱਚ ਜਿੱਡਾ ਵੱਡਾ ਯੋਗਦਾਨ ਨਵਾਬ ਜੱਸਾ ਸਿੰਘ ਆਲੂਵੜੀਆ ਫਾਊਂਡੇਸ਼ਨ 올 ਇੰਡੀਆ ਆਲੂਵੜੀਆ ਯੂਥ ਫੈਡਰੇਸ਼ਨ 올 ਇੰਡੀਆ ਆਲੂਵੜੀਆ ਮੁਕਸਬਾ ਦਾ ਰਿਹਾ 300 ਸਾਲੇ ਦੇ ਵਿੱਚ ਬਰਾਦਰੀ ਦੇ ਕਿਸੇ ਵੀ ਧੜੇ ਦਾ ਨਹੀਂ ਰਿਹਾ ਸਾਰੇ ਸਿਰਫ ਤਮਾਸ਼ਾ ਦੇਖਦੇ ਸੀਗੇ ਬੈਠੇ ਕਿੱਧਰ ਉੱਧਰ ਝਾਕਦੇ ਸੀਗੇ ਇੱਕ ਬੰਦੇ ਨੇ ਰੌਲਾ ਪਾਤਾ ਜੀ ਮੈਂ ਜਸਪ੍ਰੀਤ ਨੂੰ 5 ਲੱਖ ਰੁਪਏ ਦਿੰਦਾ ਜੀ ਮੈਨੂੰ ਅੱਜ ਉਹ ਬੰਦਾ ਸਾਬਿਤ ਕਰ ਦਵੇ ਕਿ ਮੈਨੂੰ 5 5 ਲੱਖ ਛੱਡ ਕੇ ਉਹਨੇ ਮੈਨੂੰ 5 ਰੁਪਏ ਜ਼ਾਤੀ ਆਕੇ ਬਰੂ ਸਾਬਤ ਕਰੇ ਤੇ ਅੱਗੇ ਉਹੋ ਜੇ ਹੋਰ ਬਲੰਗ ਨੇ ਜਿਨ੍ਹਾਂ ਨੂੰ ਉਹਨੇ ਕਿਹਾ ਕਿ ਮੈਂ ਜਸਪ੍ਰੀ ਨੂੰ 5 ਲੱਖ ਦੇ ਦਿੱਤਾ ਤੇ ਅੱਗੇ ਜਾ ਕੇ ਰੋਲਾ ਪਾਉਂਦੇ 5-5 ਲੱਖ ਰੁਪਏ ਇਕੱਠਾ ਕਰ ਲਿਆ ਜੀ ਜਸਪ੍ਰੀ ਤੇ ਲੈ ਆਓ ਸਾਬਤ ਕਰੋ ਨਾ ਜੀ ਘਰੇ ਬੈਠੇ ਬਕਵਾਸ ਕਰਨੀ ਤਾਂ ਬਹੁਤ ਸੌਖੀ ਆ ਕਿ ਜੀ ਆਹ ਇਹਨੇ ਆ ਕਰਤਾ ਇਹਨੇ ਆ ਲੱਖਾਂ ਰੁਪਏ ਇਕੱਠੇ ਕਰਨੇ ਇਹਨੇ ਅੱਛਾ ਲੱਖਾਂ ਰੁਪਏ ਇਕੱਠੇ ਕੀਤੇ ਕਿੱਥੇ ਅੱਜ ਅਸੀਂ ਫੇਰ ਆਪਣੇ ਐਂਡਸ ਮੀਟ ਕਰਨ ਦੀ ਸਟਰਗਲ ਕਰ ਰਹੇ ਹਾਂ ਸਬਾ ਨੂੰ ਚਲਾਉਣ ਲਈ ਫਾਊਂਡੇਸ਼ਨ ਨੂੰ ਚਲਾਉਣ ਲਈ ਮੈਗਜ਼ੀਨ ਨੂੰ ਚਲਾਉਣ ਲਈ ਤੇ ਕੀ ਇਹਦੇ ਵਿੱਚ ਮਤਲਬ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਇਹ ਜੇ ਮੈਟ੍ਰੀਮੋਨੀਅਲ ਵਾਸਤੇ ਅੱਜ ਉਹ ਪਰਿਵਾਰ ਆ ਰਿਹਾ ਜਿਨੇ ਕਦੇ ਬਰਾਦਰੀ ਦਾ ਸਾਥ ਨਹੀਂ ਲਈ ਉਹ ਪਰਿਵਾਰ ਜਿਹੜੇ ਪਰਿਵਾਰ ਪਹਿਲੇ ਦਿਨ ਤੋਂ ਬਰਾਦਰੀ ਦੀ ਸੇਵਾ 'ਚ ਜੁਟੇ ਹੋਏ ਨੇ ਉਹਨਾਂ ਤੋਂ ਮੈਟ੍ਰੀਮੋਨੀਅਲ ਦੇ ਪੈਸੇ ਮੰਗਣ ਲੱਗੇ ਹਿੰਮਤ ਹੀ ਨਹੀਂ ਪੈਂਦੀ ਕਿ ਅਸੀਂ ਕਿਸੇ ਤੋਂ ਉਹ ਜੇ ਪਰਿਵਾਰ ਤੋਂ ਪੈਸੇ ਮੰਗ ਲਈ ਮੈਟ੍ਰੀਮੋਨੀਅਲ ਦੇ ਆਪ ਸਾਨੂੰ ਇਹ ਲੱਗਦਾ ਕਿ ਸਾਡੀ ਰਿਸਪੌਂਸਿਬਿਲਟੀ ਹੈ ਜਿਹੜੇ ਪਰਿਵਾਰ ਬਰਾਦਰੀ ਨਾਲ ਜੁੜੇ ਹੋਏ ਨੇ ਜੀ ਮੈਂ ਤੁਹਾਨੂੰ ਐਗਜ਼ਾਮਪਲਸ ਦੇ ਸਕਦਾ ਮੇਰੇ ਕੋਲ ਕਦੇ ਆ ਕੇ ਬੈਠੋ ਗੱਲ ਕਰੋ ਐਗਜ਼ਾਮਪਲਸ ਦੇ ਸਕਦਾ ਉਹਨਾਂ ਨੂੰ ਮੈਟ੍ਰਿਮੋਨੀਅਲ ਸਰਵਿਸ ਦੀ ਲੋੜ ਹੀ ਨਹੀਂ ਪੈਂਦੀ ਕਿਉਂ ਕਿਉਂਕਿ ਬਰਾਤਰੀ ਨਾਲ ਜੁੜੇ ਹੋਏ ਨੇ ਪੱਕੇ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਘੁੰਮਦੇ ਨੇ ਸਾਰੇ ਇਹਨਾਂ ਨੂੰ ਜਾਣਦੇ ਨੇ ਸਾਰਿਆਂ ਨੂੰ ਮਿਲਦੇ ਨੇ ਉਹਨਾਂ ਦੇ ਬੱਚੇ ਹਜੇ ਵਿਆਹ ਯੋਗੇ ਨਹੀਂ ਹੋਏ ਹੁੰਦੇ ਤੇ ਉਹਨਾਂ ਨੂੰ ਰਿਸ਼ਤੇ ਪਹਿਨਾਉਂਦੇ ਹੁੰਦੇ ਨੇ ਕਿਉਂ ਕਿਉਂਕਿ ਸਰਕਾਰ ਪਰਿਵਾਰ ਨੇ ਜਿਹੜੇ ਕਿ ਬਰਾਤਰੀ ਲਈ ਉਹ ਚਾਹੇ ਹੋ ਸਕਦਾ ਕਿ ਵੀ ਕਰੋੜਾਂ ਅਰਬਾਂ ਦੇ ਮਾਲਕ ਨਾ ਹੋਣ ਲੇਕਿਨ ਉਹਨਾਂ ਦੇ ਵਿੱਚ ਜਜ਼ਬਾ ਉਹ ਬਰਾਦਰੀ ਚ ਜੁੜੇ ਹੋਏ ਨੇ ਤਾਂ ਉਹਨਾਂ ਨੂੰ ਕਦੇ ਕਮੀ ਤੰਗੀ ਨਹੀਂ ਆਉਂਦੀ ਤੰਗੀ ਕਿਹਨਾਂ ਨੂੰ ਆਉਂਦੀ ਹੈ ਜਿਹੜੇ ਬਰਾਦਰੀ ਨਾਲ ਨਹੀਂ ਜੁੜੇ ਹੋਏ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਆਪਣਾ ਸਿਰਫ ਆਪਣੇ ਕੰਮਕਾਰ ਤੇ ਲੱਗੇ ਰਹਿਣਾ ਸਿਰਫ ਬਰਾਦਰੀ ਨੂੰ ਨਿੰਦੀ ਜਾਣਾ ਉਹ ਬਰਾਦਰੀ ਕੁਛ ਕਰਦੀ ਨਹੀਂ ਆਲੂ ਵੜੀਏ ਕੁਛ ਕਰਦੇ ਨਹੀਂ ਆਲੂ ਵੜੀਏ ਹੈ ਕੌਣ ਨੇ ਲੋਕਾਂ ਨੂੰ ਪਤਾ ਨਹੀਂ ਫਿਰ ਤੁਸੀਂ ਨਹੀਂ ਦੱਸਣਾ ਤੇ ਹੋਰ ਕਿਹਨੇ ਦੱਸਣਾ ਤੁਸੀਂ ਇਹ ਜ਼ਿੰਮੇਵਾਰੀ ਲਾਓ ਕਿ ਹਾਂ ਵੀ ਤੁਹਾਡੇ ਬਾਰੇ ਕੋਈ ਹੋਰ ਦਾ ਐਜੂਕੇਟ ਕਰੇ ਤਾਂ ਤੁਸੀਂ ਘਰੇ ਬੈਠੋ ਐਦਾਂ ਤਾਂ ਨਹੀਂ ਹੋਣਾ ਸੋ ਇਹ ਮੇਰੀਆਂ ਗੱਲਾਂ ਅੱਜ ਸਾਰਿਆਂ ਨੂੰ ਕੌੜੀਆਂ ਜਰੂਰ ਲੱਗ ਰਹੀਆਂ ਹੋਣਗੀਆਂ ਪਰ ਇਹ ਸੱਚਾਈ ਹੈ ਜੀ ਸਾਡੀ ਬਰਾਦਰੀ ਦੀ ਅੱਜ ਜਿਹੜੇ ਬੰਦੇ ਇਸ ਗੱਲ ਤੇ ਇਸ ਸੇਵਾ ਤੇ ਤੁਰੇ ਹੋਏ ਨੇ ਲੋਗ ਲਗਾਤਾਰ ਸਾਡੇ ਤੇ ਇਹ ਹਮਲੇ ਕਰ ਰਹੇ ਨੇ ਕਿ ਇਹ ਵੀ ਬੰਦੇ ਆਪਣਾ ਹੌਸਲਾ ਛੱਡ ਕੇ ਘਰੇ ਬਹਿ ਜਾਣ। ਮੈਨੂੰ ਇੱਕ ਗੱਲ ਦਾ ਜਵਾਬ ਦਿਓ ਅੱਜ ਇਹ ਇੰਟਰਨੈਸ਼ਨਲ ਮੈਟ੍ਰੀਮੋਨੀਆ ਸਰਵਿਸ ਚੱਲ ਰਹੀ ਹੈ ਕਿੰਨੇ ਹਜ਼ਾਰਾਂ ਪਰਿਵਾਰਾਂ ਨੇ ਇਸ ਚੀਜ਼ ਦਾ ਫਾਇਦਾ ਲਿਆ ਪਿਛਲੇ ਸਾਲਾਂ 'ਚ ਤੇ ਅੱਜ ਜੇ ਇਹ ਸਰਵਿਸ ਬੰਦ ਹੋ ਜਾਣੀ ਤਾਂ ਫਾਇਦਾ ਨੁਕਸਾਨ ਕਿਹਦਾ ਹੋਣਾ ਜੀ ਬਰਾਤਰੀ ਦਾ ਹੋਣਾ ਕਿ ਕਿਸੇ ਹੋਰ ਦਾ ਹੋਣਾ। ਅਸੀਂ ਜੇ ਇਸ ਗੱਲ ਦੇ ਵਿੱਚ ਯੋਗਦਾਨ ਨਹੀਂ ਪਾ ਸਕਦੇ ਤੇ ਸਾਨੂੰ ਨਿੰਦਨ ਦਾ ਕੀ ਹੱਕ ਬਣਦਾ ਜੀ ਕਿਸੇ ਨੂੰ? ਮੈਨੂੰ ਦੱਸਿਆ ਜਾਵੇ। ਸਾਡੇ ਕੋ ਪਰਿਵਾਰ ਆ ਕੇ ਬੈਠਣਗੇ ਜੀ ਸਾਡੇ ਦਾਦਾ ਜੀ ਬੜੇ ਵੱਡੇ ਲੀਟਰਸੀ ਦੀ ਬਰਾਦਰੀ ਦੇ ਸਾਡੇ ਦਾਦਾ ਜੀ ਤੋਂ ਬਿਨਾਂ ਤਾਂ ਬਰਾਦਰੀ ਚੱਲਦੀ ਨਹੀਂ ਸੀ ਕੋਈ ਕਹੂਗਾ ਜੀ ਸਾਡੇ ਫੁੱਫੜ ਜੀ ਸਾਡੇ ਮਾਮਾ ਜੀ ਸਾਡੇ ਫਲਾਣੇ ਜੀ ਸਾਡੇ ਟਮਕਾਣੇ ਜੀ ਬਰਾਦਰੀ ਦੀਆਂ ਸਾਰੀਆਂ ਮੀਟਿੰਗਾਂ ਸਾਡੇ ਘਰੇ ਹੋਈਆਂ ਕਰਦੀਆਂ ਸੀਗੀਆਂ ਨੇ ਹੋਇਆਂ ਕਰਦੀਆਂ ਤੁਸੀਂ ਕੀ ਕੀਤਾ ਜੀ ਬਰਾਦਰੀ ਲਈ ਫਿਰ ਜਦੋਂ ਅਸੀਂ ਸਵਾਲ ਪੁੱਛਨੇ ਨਹੀਂ ਸਾਡੇ ਕੋਲ ਤਾਂ ਟਾਈਮ ਨਹੀਂ ਹੁੰਦਾ ਫਿਰ ਮੈਂ ਸਦਾ ਚੰਦਰਜੀਤ ਸਿੰਘ ਕੈਂਪਾ ਕੋਲ ਆਣ ਦਾ ਪੋਤਾ ਜਿਨ੍ਹਾਂ ਨੇ ਬਰਾਦਰੀ ਵਿੱਚ ਆਪਣਾ ਯੋਗਦਾਨ ਪਾਇਆ ਜਿਨ੍ਹਾਂ ਦੀ ਅੱਜ ਵੀ ਬਰਾਦਰੀ ਦੇ ਵਿੱਚ ਇੱਕ ਹੈਸੀਅਤ ਆ ਉਹ ਤਾਂ ਹੈ ਕਿ ਜੇ ਉਹਨਾਂ ਦਾ ਪੋਤਾ ਅੱਜ ਸਮਾਜ ਦੇ ਵਿੱਚ ਬਰਾਦਰੀ ਦੇ ਵਿੱਚ ਕਾਰਗਰ ਹੋ ਕੇ ਤੁਰਦਾ ਫਿਰਦਾ ਨਿਹਰ ਆਉਂਦਾ ਲੋਕਾਂ ਨੂੰ ਨਹੀਂ ਤਾਂ ਕਹਿੰਨਾ ਯਾਦ ਕਰਨਾ ਚੰਦਜੀਤ ਸਿੰਘ ਆਪਾਂ ਕੋਲ ਆਇਆ। ਜਸਪ੍ਰੀਤ ਸਿੰਘ ਆਲੂ ਬੜੀਆ ਲਗਾਤਾਰ ਤੁਰਿਆ ਫਿਰਦਾ ਤਾਂ ਲੋਕ ਯਾਦ ਕਰਦੇ ਨੇ ਉਹਨਾਂ ਦਾ ਪੋਤਾ। ਇਹ ਸਾਰਿਆਂ ਤੇ ਸਾਬਤ ਹੁੰਦੀ ਹੈ ਖਾਸ ਤੌਰ ਤੇ ਜਿਹੜੇ ਪਰਿਵਾਰਾਂ ਨੇ ਇਸ ਕੰਮ ਦੇ ਵਿੱਚ ਬਜ਼ੁਰਗਾਂ ਨੇ ਯੋਗਦਾਨ ਪਾਇਆ ਉਹਨਾਂ ਦੇ ਬੱਚਿਆਂ ਦੀ ਤਾਂ ਸਾਰਾ ਰਿਸਪੌਂਸਿਬਿਲਟੀ ਵੱਢਦੀ ਹੈ। ਸਾਡੇ ਵਰਗਿਆਂ ਦੀ ਕਿ ਭਈਆ ਆਓ ਆਪਣੇ ਪਰਿਵਾਰ ਦਾ ਕੰਮ ਅੱਗੇ ਤੋਰੋ ਬਜ਼ੁਰਗਾਂ ਦੀ ਜਿਹੜੀ ਸੋਸ਼ੀਅਲ ਨੂੰ ਕहां ਲੈ ਕੇ ਜਾਣਾ ਚਾਹੀਦਾ। ਪਰ ਅਸੀਂ ਨਹੀਂ ਅਸੀਂ ਤਾਂ ਹੋਰਾਂ ਕੰਮਾਂ ਤੇ ਲੱਗੇ ਹੋਏ ਆ ਜੀ ਆਪਣਾ ਤਾਂ ਵਧਾਉਣਾ ਤਾਂ ਅਸੀਂ ਕੀ ਆ ਅਸੀਂ ਤਾਂ ਘਟਾਉਣ ਵਾਲੇ ਪਾਸੇ ਲੱਗੇ ਹੋਏ ਆ ਅੱਜ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਜੀ ਸਫੋਨ ਆਉਂਦਾ ਜੀ ਸਾਡੇ ਜੀ ਬੇਟਾ ਨਾ ਜੀ ਸਾਡਾ ਅਮਰੀਕਾ ਜੀ ਅੱਛਾ ਅਮਰੀਕਾ ਜੀ ਠੀਕ ਹੈ ਜੀ ਹਾਂ ਉਹਦੇ ਦੀ ਮੈਟਰੀਮੋਨিয়াল ਦੇਣਾ ਜੀ ਅੱਛਾ ਠੀਕ ਹੈ ਜੀ ਅਸੀਂ ਜੀ 89 ਡਾਲਰ ਚਾਰਜ ਕਰਦੇ ਆ ਇੱਕ ਸਾਲ ਦਾ ਜਿਹਦੇ ਵਿੱਚ ਕਿ ਅਸੀਂ ਤੁਹਾਡਾ ਫਾਰਮ ਹੈ ਜਿਹੜਾ ਉਹ ਅਨ ਬੜੀਆ ਗੁਰਦੁਆਰਾ ਸਾਹਿਬ ਹਰ ਹਰ ਮਹੀਨੇ ਜਿਹੜੀ ਫੈਮਿਲੀ ਕੈਟੂਗੇਦਰ ਹੋਣੀ ਆ ਉਸ ਐਲਬਮ ਚ ਵੀ ਲਾਵਾਂਗੇ ਇੱਕ ਸਾਲ ਲਈ ਲਾ ਕੇ ਰੱਖਾਂਗੇ ਆਂਦੇ ਪਰਿਵਾਰਾਂ ਨੂੰ ਉੱਥੇ ਉਹਨੂੰ ਚੈੱਕ ਕਰਾਵਾਂਗੇ ਉਹਨਾਂ ਨੂੰ ਕੰਟੈਕਟ ਨੰਬਰ ਦਵਾਂਗੇ ਮੈਗਜ਼ੀਨ ਚ ਹਰ ਮਹੀਨੇ ਛਾਪਾਂਗੇ ਸੋਸ਼ਲ ਮੀਡੀਆ ਦੇ ਉੱਤੇ ਰੈਗੂਲਰ ਉਹ ਜਿਹੜੀ ਪੋਸਟ ਆ ਤੁਹਾਡੇ ਬੱਚੇ ਦੀ ਉਹ ਇਕੱਲੀ ਪੋਸਟ ਜਿਹੜੀ ਆ ਸਾਰੀ ਬਰਾਦਰੀ ਨੂੰ ਦਿਖਾਵਾਂਗੇ ਸਾਰੇ ਮੈਂਬਰਸ ਨੂੰ ਤੁਹਾਡਾ ਨੰਬਰ ਦਵਾਂਗੇ ਤੁਹਾਨੂੰ ਮੈਂਬਰ ਬਣਾਵਾਂਗੇ ਤੇ ਜਿੰਨੇ ਮੈਟ੍ਰੀਮੋਨੀਅਲ ਰੈਗੂਲਰ ਮੈਗਜ਼ੀਨ ਚ ਛਪ ਰਹੇ ਨੇ ਤੇ ਸੋਸ਼ਲ ਮੀਡੀਆ ਤੇ ਚੱ ਤੇ ਉਹਦਾ ਕੀ ਚਾਰਜ ਕਰ ਰਹੇ ਆ ਜੀ ਅਸੀਂ 89 ਡਾਲਰ 89 ਡਾਲਰ ਕਿੰਨਾ ਹੈ 7300 ਰੁਪਏ 7300 ਨੂੰ ਜੇ ਡਿਵਾਈਡ ਕਰ ਲੋ 12 ਨਾਲ ਕਿ 600 ਕੁ ਰੁਪਏ ਬਣਦੇ ਜੀ 600 ਕੁ ਰੁਪਏ ਬਹੁਤ ਜ਼ਿਆਦਾ ਪੈਸੇ ਰੱਖੇ ਹੋਏ ਆ ਜੀ ਤੁਸੀਂ ਤਾਂ ਅੱਛਾ ਜੀ ਅਸੀਂ ਬਹੁਤ ਜ਼ਿਆਦਾ ਪੈਸੇ ਰੱਖੇ ਹੋਏ ਨੇ ਤੁਹਾਡਾ ਬੇਟਾ ਅਮਰੀਕਾ ਕੀ ਕਰ ਰਿਹਾ ਜੀ ਸਾਡਾ ਬੇਟਾ ਜੀ ਫਲਾਣੀ ਫਾਰਮ ਦੇ ਵਿੱਚ ਜੀ ਸੌਫਟਵੇਅਰ ਦਾ ਐ ਕਰ ਰਿਹਾ ਜੀ ਅੱਛਾ ਓਕੇ ਕਿੰਨੀ ਉਹਦੀ ਤਨਖਾਹ ਜੀ ਮਹੀਨੇ ਦੀ ਉਹਦੀ ਜੀ 6000 ਡਾਲਰ 6000 ਡਾਲਰ ਜੀ ਯਾਨੀ ਕਿ 70000 ਡਾਲਰ ਦੇ ਕਰੀਬ ਸਾਲ ਦਾ ਉਹ ਕਮਾ ਰਿਆ 70000 ਡਾਲਰ ਉਹ ਸਾਲ ਦਾ ਕਮਾ ਰਿਆ ਤੇ ਉਹ 89 ਡਾਲਰ ਨਹੀਂ ਪੇ ਕਰ ਸਕਦੇ ਬੜੀ ਹੈਰਾਨੀ ਹੁੰਦੀ ਹੈ ਦੇਖ ਕੇ ਬਹੁਤ ਪੈਸੇ ਰੱਖੇ ਜਿਹੜੇ ਬਾਹਰ ਜਿਹੜੇ ਆਮ ਮੈਰੀਜ ਬਿਊਰੋਸ ਚੱਲ ਰਹੇ ਨੇ ਇੱਕ ਕਰੋਨਾ ਤੇ ਜਿਹੜੇ ਬੰਦਿਆਂ ਨੇ ਨਿਕਾਹ ਕੀਤੀ ਹੁੰਦੀ ਹੈ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ 7300 ਰੁਪੀਸ ਦੇ ਵਿੱਚ ਐਨ ਆਰ ਆਈ ਫੈਮਿਲੀ ਨੂੰ ਅਸੀਂ ਜੇ ਇੱਕ ਸਾਲ ਦੇ ਵਿੱਚ ਸਾਰੀ ਚੀਜ਼ਾਂ ਪ੍ਰੋਵਾਈਡ ਕਰ ਰਹੇ ਹਾਂ ਇੱਕ ਸਾਲ ਦੀ ਕਮਿਟਮੈਂਟ ਲੈ ਰਹੇ ਹਾਂ ਉਹਨਾਂ ਤੋਂ ਤੇ ਉਹ ਕਿੰਨਾ ਸਸਤਾ ਬਾਦ ਦੇ ਜਿਹੜੇ ਮੈਰਿਜ ਬਿਊਰੋ ਚੱਲਦੇ ਨੇ ਕਿਵੇਂ ਲੁੱਟ ਰਹੇ ਨੇ ਇੰਡੀਆ ਦੀ ਫੈਮਿਲੀ ਹੈ ਜੀ ਕੀ ਹੈ ਜੀ 3100 ਰੁਪਏ ਦੀ 60000 ਰੁਪਏ 70000 ਰੁਪਏ ਮਹੀਨਾ ਲੱਖ ਰੁਪਏ ਮਹੀਨਾ ਮੁੰਡਾ ਤਰਖਾ ਲੈ ਰਿਹਾ ਜੀ ਤੇ 3100 ਰੁਪਏ ਸਾਲ ਦਾ ਦੇਣ ਦੇ ਪੈਸੇ ਨਹੀਂ ਹੈਗੇ ਜੀ ਉਹ ਜੀ ਬਰਾਦਰੀ ਕੋਲੇ ਆ ਗਏ ਬਰਾਦਰੀ ਫ੍ਰੀ ਕਰੇ ਤੇ ਬਰਾਦਰੀ ਫ੍ਰੀ ਕਿਵੇਂ ਕਰੇ ਜੀ ਬਰਾਦਰੀ ਫ੍ਰੀ ਤਾਂ ਕਰ ਸਕਦੀ ਹੈ ਜਿੰਨੇ ਅੱਜ ਮੈਂ ਇੱਕ ਹੋਰ ਸਟੇਟਮੈਂਟ ਤੁਹਾਨੂੰ ਦੇ ਰਿਹਾ ਬੜੀ ਵੱਡੀ ਹੈ ਤੇ ਸੱਚ ਹੈ ਤੇ ਜੇ ਸਾਰੇ ਕਾਰਗਰ ਕਰਾਉਣ ਦੇ ਵਿੱਚ ਮੇਰੇ ਨਾਲ ਲੱਗਣ ਪੂਰੀ ਦੁਨੀਆ ਦੇ ਵਿੱਚ ਜਿੰਨੇ ਅਨੁਵੜੀਏ ਪਰਿਵਾਰ ਨੇ ਜੀ ਜੇ 10 ਰੁਪਇਆ ਮਹੀਨਾ ਦਿੰਦੇ ਹੋ ਨਾ 10 ਰੁਪਏ ਸਿਰਫ ਮਹੀਨੇ ਦੇ ਤੇ ਮੈਂ ਤੁਹਾਨੂੰ ਇਸ ਸ਼ਰਤ ਨਾਲ ਕੇ ਕਹਿਣਾ ਕਿ ਹਰ ਜ਼ਿਲ੍ਹੇ ਦੇ ਵਿੱਚ ਬਾਬਾਈ ਦਾ ਪੁੱਤ ਹਰ ਜ਼ਿਲ੍ਹੇ ਦੇ ਵਿੱਚ ਅਨੁਵੜੀਆਂ ਦਾ ਭਵਨ ਸਾਲ ਦੇ ਵਿੱਚ ਇੱਕ ਇਹੋ ਜਿਹਾ ਵੱਡਾ ਸਮਾਗਮ ਜਿੱਥੇ ਕਿ ਦੁਨੀਆ ਦੇਖੂਗੀ ਕਿ ਵੀ ਅਨੁਵੜੀਆਂ ਨੇ ਸਮਾਗਮ ਕੀਤਾ ਬਰਾਦਰੀ ਕੁਝ ਕਰ ਨਹੀਂ ਰਹੀ ਜੀ ਵੱਡਾ ਫੰਕਸ਼ਨ ਨਹੀਂ ਹੁੰਦਾ ਵੱਡਾ ਫੰਕਸ਼ਨ ਕਿਵੇਂ ਹੋਵੇ ਜੀ ਕਿ ਜਿਹੜੇ ਅਹੁਦੇਦਾਰ ਨੇ ਉਹ ਆਪਣੀਆਂ ਜਿਦਾਤਾ ਵੇਚਣ 15-20 ਲੱਖ ਰੁਪਏ ਇਕੱਠਾ ਕਰਿਆ ਕਰਨ ਤੇ ਜੀ ਉਹ ਵੱਡਾ ਫੰਕਸ਼ਨ ਕਰਾ ਲਿਆ ਕਰਨ ਜੀ ਤੇ ਬਰਾਦਰੀ ਦੀ ਵਾਹ ਵਾਈ ਕਰਾਉਣ ਤੇ ਬਾਕੀ ਜਿਹੜੇ ਲੋਕ ਨੇ ਉਹਨਾਂ ਕੋਲ ਉਹਨਾਂ ਨੂੰ ਇੰਨਾ ਵੀ ਟਾਈਮ ਨਾ ਹੋਵੇ ਕਿ ਉਹ ਇੱਕ ਉਸ ਦਿਨ ਦੇ ਸਵਾਗਤ ਤੇ ਆ ਸਕਣ ਇੱਥੇ ਕਿਤੇ ਵਰਕਿੰਗ ਡੇ ਤੇ ਮੀਟਿੰਗ ਰੱਖਦੀ ਹੈ ਨਾ ਜੀ ਤੇ ਲੋਕ ਫੋਨ ਤੁਸੀਂ ਵਰਕਿੰਗ ਡੇ ਤੇ ਮੀਟਿੰਗ ਰੱਖਤੀ ਸਾਡਾ ਤਾਂ ਆਫਿਸ ਜਾਣਾ ਬੜਾ ਜ਼ਰੂਰੀ ਹੁੰਦਾ ਮੈਂ ਤਾਂ ਜੀ ਦੁਕਾਨ ਨਹੀਂ ਛੱਡ ਸਕਦਾ ਮੈਂ ਤਾਂ ਜੀ ਫੈਕਟਰੀ ਨਹੀਂ ਛੱਡ ਸਕਦਾ ਮੈਂ ਵਰਕਿੰਗ ਡੇ ਤੇ ਕਿਵੇਂ ਆਉਂਗਾ ਤੇ ਜਜ਼ਬਾ ਨਹੀਂ ਹੈਗਾ ਨਹੀਂ ਤੁਹਾਡੇ ਜੇ ਜज्ਬਾ ਹੈ ਨਹੀਂ ਫਿਰ ਲੋਕਾਂ ਤੇ ਨਾ ਤੁਸੀਂ ਤਾਨੇ ਜਿਹੜੇ ਨੁਮਾਇੰਦੇ ਨੇ ਜਿਹੜੇ ਦਿਨ ਰਾਤ ਮਿਹਨਤ ਕਰ ਰਹੇ ਨੇ ਤੁਸੀਂ ਉਹਨਾਂ ਦੇ ਉੱਤੇ ਨਾ ਸਵਾਲ ਚੁੱਕੋ ਇੰਨੇ ਇੰਨੇ ਜੋਗੇ ਤੁਸੀਂ ਫਿਰ ਨਹੀਂ ਹੈਗੇ ਇਹ ਸਾਰੀਆਂ ਗੱਲਾਂ ਕੌਣੀਆਂ ਨੇ ਪਰ ਸੱਚੀਆਂ ਨੇ ਜੀ ਅੱਜ ਭਰੇ ਮਾਨ ਨਾਲ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਅਸੀਂ ਤਾਂ ਲੱਗੇ ਆ ਜੀ ਜਿੰਦਗੀ ਦੇ ਅਖੀਰਲੇ ਸਾਹ ਤੱਕ ਜਦੋਂ ਤੱਕ ਬਾਬੇ ਨੇ ਸਾਡੀ ਤਾਕਤ ਬਖਸ਼ੀ ਹੈ ਸਾਨੂੰ ਸਾਹ-ਸਵਾਸ ਬਖਸ਼ੇ ਨੇ ਅਸੀਂ ਅੰਦੂਵੜੀਆ ਬਰਾਦਰੀ ਤੇ ਬਾਬਾ ਜੱਸਾ ਸਿੰਘ ਅੰਦੂਵੜੀਆ ਨੂੰ ਡੈਲੀਗੇਟਡ ਆ ਪਰ ਜਿਹੜੇ ਲੋਕ ਇਹ ਸਾਰੀਆਂ ਗੱਲਾਂ ਕਰਦੇ ਨੇ ਉਹ ਆਪ ਕਿੱਥੇ ਖੜੇ ਨੇ ਇਸ ਗੱਲ ਤੇ ਜਰੂਰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਲੈ ਇੱਕ ਵਾਰ ਤੇ ਆਪਣੇ ਆਪ ਨੂੰ ਦੇਖਣ ਕਿ ਕੀ ਇਹ ਗੱਲ ਬਣਦੀ ਹੈ ਕੀ ਕੀ ਗੱਲਾਂ ਨਹੀਂ ਜੀ ਜੋ ਅਸੀਂ ਚਲਦੇ ਹਾਂ ਮੈਂ ਇਸ ਟਾਈਮ ਤੇ ਇਸ ਆਡੀਓ ਦੇ ਵਿੱਚ ਉਹ ਗੱਲਾਂ ਕਹਿ ਨਹੀਂ ਸਕਦਾ ਕਿਉਂਕਿ ਮੇਰੀਆਂ ਮਾਮਾ ਮੇਰੀਆਂ ਭੈਣਾਂ ਵੀ ਇਹ ਆਡੀਓ ਸੁਣਣ ਗਈਆਂ ਤੇ ਉਹ ਚੰਗਾ ਨਹੀਂ ਲੱਗੂਗਾ ਲਿਹਾਜ਼ ਦੇ ਤੌਰ ਤੇ ਉਹ ਗੱਲ ਦੁਬਾਰਾ ਦੇ ਤੌਰ ਤੇ ਉਹ ਗੱਲ ਠੀਕ ਨਹੀਂ ਹੈਗੀ ਕਿ ਮੈਂ ਇੱਥੇ ਉਹ ਬਿਆਨ ਕਰਾਂ ਹੱਦ ਹੋ ਚੁੱਕੀ ਹੈ ਇੰਨਾ ਕੁ ਜ਼ਿਆਦਾ ਲੋਕਾਂ ਦੇ ਵਿੱਚ ਮਤਲਬ ਪ੍ਰਸਤੀ ਚੁੱਕੀ ਹੈ ਕਿ ਉਹਨਾਂ ਨੂੰ ਆਪਣੇ ਆਪਣੇ ਤੋਂ ਉੱਤੇ ਕੋਈ ਚੀਜ਼ ਨਹੀਂ ਨਜ਼ਰ ਆ ਰਹੀ ਅਸੀਂ ਜੇ ਤੁਸੀਂ ਅੱਜ ਇੱਥੇ ਆ ਰਹੇ ਹੋ ਜੀ ਮੈਟਰੀਮੋਨিয়াল ਦੇਣ ਲਈ ਪਰਿਵਾਰ ਆ ਰਿਹਾ ਕੋਈ ਤੇ ਉਹ ਬਰਾਦਰੀ ਦਾ ਭਲਾ ਨਹੀਂ ਕਰ ਰਿਹਾ ਕੋਈ ਮੇਰੀ ਗਲਤ ਇਹ ਗੱਲ ਕੌੜੀ ਹੈ ਪਰ ਸੱਚੀ ਹੈ ਬਰਾਦਰੀ ਦਾ ਭਲਾ ਤਾਂ ਹੋਊਗਾ ਜੇ ਤੁਸੀਂ ਹਰ ਮੀਟਿੰਗ ਤੇ ਬਰਾਦਰੀ ਦੇ ਕੋਲ ਪਹੁੰਚਦੇ ਹੋ ਉਹਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋ ਰੈਗੂਲਰਲੀ ਸਾਰੀ ਬਰਾਦਰੀ ਨਾਲ ਇਨ ਟੱਚ ਰਹਿਣੇ ਹੋ ਆਮ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਕਿ ਵੀ ਆਰਗੇਨਾਈਜੇਸ਼ਨ ਚੱਲ ਕਿਹੜੀ ਰਹੀ ਹੈ 올 인디아 레벨 ਤੇ ਕੌਣ ਪ੍ਰਧਾਨ ਹੈ ਸਟੇਟਾਂ ਦੇ ਪ੍ਰਧਾਨ ਕੌਣ ਨੇ ਆਰਗੇਨਾਈਜੇਸ਼ਨ ਕਿੱਥੇ ਕਿੱਥੇ ਰੈਗੂਲਰ ਮੀਟਿੰਗ ਕਰ ਰਹੀ ਹੈ ਜੇ ਕਿਹਾ ਤਾਂ ਕੋਈ ਗੱਲ ਵੀ ਕਰਦਾ ਉਹਨੂੰ ਬਰਾਦਰੀ ਚ ਕੀ ਰੱਖਿਆ ਬਰਾਦਰੀ ਕੋਲ ਕੇ ਟੱਟਾ ਅੱਛਾ ਹੋਰ ਇੱਕ ਨਵਾਂ ਡਰਾਮਾ ਸ਼ੁਰੂ ਹੋ ਗਿਆ ਜੀ ਹਰ ਵਾਰ ਜਦੋਂ ਬੱਚੇ ਵਿਆਉਣੇ ਤਾਂ ਬਰਾਦਰੀ ਵਾਸਤੇ ਜ਼ਰੂਰ ਆਉਣਾ ਪਰ ਜਦੋਂ ਕੋਈ ਗੱਲ ਕਹਵੇਂ ਨੇ ਅੱਜ ਕੱਲ ਤਾਂ ਅੱਜ ਕੱਲ ਤਾਂ ਇੰਟਰ ਕਾਸਟ ਮੈਰਿਜ ਹੋ ਰਹੀਆਂ ਨੇ ਕੋਈ ਨਹੀਂ ਬਰਾਦਰੀ ਬਰੋਦਰੀ ਨੂੰ ਕੌਣ ਬੰਨਦਾ ਜੀ ਇਹੋ ਜਿਹੇ ਵੀ ਲੋਕ ਨਿਕੰਮੇ ਹੈਗੇ ਨੇ ਜਿਹੜੀਆਂ ਗੱਲਾਂ ਕਰਦੇ ਨੇ ਕਿ ਇਹ ਜਿਹੜੀ ਚੀਜ਼ ਆ ਇਹ ਬਾਬਿਆਂ ਨੇ ਸਾਡੇਆਂ ਨੇ ਬਣਾਈਆ ਕੋਸੂ ਸੋਚ ਸਮਝ ਕੇ ਬਣਾਈਆ ਇਹਦੇ ਵਿੱਚ ਵੀ ਥੇ ਇਹਦੇ ਵਿੱਚ ਵੀ ਬਹੁਤ ਡੀਪ ਥੋਟ ਆ ਲੇਕਿਨ ਨਹੀਂ ਲੋਕਾਂ ਨੂੰ ਸਮਝ ਆਉਂਦੀ ਸੋ ਕੋਈ ਗੱਲ ਨਹੀਂ ਉਹਨਾਂ ਦੀ ਗੱਲ ਨਹੀਂ ਜੀ ਮੈਂ ਤਾਂ ਸਿਰਫ ਇਹ ਗੱਲ ਕਹਿਣਾ ਕਿ ਜੇ ਅੱਜ ਵੀ ਅਸੀਂ ਨਾ ਜਾਗਰੂਕ ਹੋਏ ਅੱਜ ਵੀ ਅਸੀਂ ਉੱਠ ਕੇ ਨਾ ਤੁਰੇ ਅੱਜ ਵੀ ਅਸੀਂ ਆਪਣੇ ਮਤਲਬ ਪ੍ਰਸਤੀਆਂ ਨਾ ਛੱਡੀਆਂ ਜਦ ਕਿ ਅੱਜ ਦੁਨੀਆ 1975 ਤੋਂ ਬਾਅਦ ਜੇ ਅੱਜ ਦੀ ਤਰੀਕ ਦੇ ਵਿੱਚ ਬਰਾਦਰੀ ਸਭ ਤੋਂ ਹਾਈਪ ਤੇ ਆ ਸਭ ਤੋਂ ਜ਼ਿਆਦਾ ਡੈਡੀਕੇਟਿਡ ਲੋਕ ਇੱਥੇ ਨੇ ਸਭ ਤੋਂ ਜ਼ਿਆਦਾ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਕੰਮ ਨੇ ਬਰਾਦਰੀ ਦੇ ਉਹ ਅੱਜ ਹੋ ਰਹੇ ਨੇ ਸੋਸ਼ਲ ਮੀਡੀਆ ਦਾ ਸਾਧਨ ਸਾਡੇ ਇੱਕ ਬਹੁਤ ਵੱਡਾ ਟੂਲ ਇੱਕ ਹਥਿਆਰ ਬਣਿਆ ਜਿਹਦੇ ਜ਼ਰੀਏ ਅਸੀਂ ਘਰ-ਘਰ ਪਹੁੰਚਣ ਚ ਕਾਮਯਾਬ ਹੋਏ ਆ ਪਰ ਜੇ ਪਰਿਵਾਰ ਸਾਡੀ ਅੱਜ ਵੀ ਮਦਦ ਕਰਨ ਲਈ ਮੂਰੇ ਨਾ ਆਉਣ ਤੇ ਫਿਰ ਇਹਦਾ ਜਿਹੜਾ ਠੇਕਰਾ ਇਹ ਉਹਨਾਂ ਨਮਾਇੰਦਿਆਂ ਦੇ ਸਿਰ ਤੇ ਨਹੀਂ ਫੋੜਨਾ ਚਾਹੀਦਾ ਇਹ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਕਿ ਅਸੀਂ ਕੀ ਕਰ ਰਹੇ ਆ ਦੂ ਬਰਾਦਰੀ ਦੇ ਨਮਾਇੰਦਿਆਂ ਨੂੰ ਗਾਲਾਂ ਕੱਢਣ ਨਾਲੋਂ ਬ੍ਰਦਰੀਆਂ ਨੰਬੰਦੀਆਂ ਨੂੰ ਮਾੜਾ ਬੋਲਣ ਨਾਲੋਂ ਕਿੰਨੇ ਫੋਨ ਆਉਣਗੇ ਜੀ ਅੱਛਾ ਜੀ ਮੈਟਰੀ ਉਹ ਜੀ ਇੱਕ ਮੈਟਰੀ ਮੋਣੀ ਚੱਲਿਆ ਸੀ ਉਹਨਾਂ ਦਾ ਨੰਬਰ ਲੈਣਾ ਸੀ ਜੀ ਹਾਂਜੀ ਤੁਸੀਂ ਮੈਂਬਰ ਬਣੋ ਜੀ ਅਸੀਂ ਤੁਹਾਡਾ ਬੱਚੇ ਦਾ ਮੈਟਰੀਮੋਨੀਆ ਵੀ ਚਲਾਵਾਂਗੇ ਐਵੇਂ ਚਲਾਵਾਂਗੇ ਐਵੇਂ ਚਲਾਵਾਂਗੇ ਰਿਆ ਵੀ ਕਰਾਂਗੇ ਅੱਛਾ ਇਹ ਫਿਰ ਪੈਸੇ ਦੇਣੇ ਪੈਣੇ ਆ ਹਾਂਜੀ ਅੱਛਾ ਫ੍ਰੀ ਨਹੀਂ ਮਿਲੂਗਾ ਜੀ ਨਹੀਂ ਫ੍ਰੀ ਨਹੀਂ ਮਿਲਦਾ ਜੀ ਅੱਛਾ ਚਲੋ ਠੀਕ ਹੈ ਮੜ ਕੇ ਫੋਨੀਆਂ ਇਸ ਕਿਸਮ ਦੇ ਮੈਂ ਲਖਿਆ ਆਪਾਂ ਇੰਨੇ ਛੋਟੇ ਦਿੰਦੇ ਆਂ ਲੋੜੀ ਹੋ ਗਏ ਨੇ ਕਿ ਭਈ ਉਹਨਾਂ ਨੂੰ ਆਪਣੀ ਇੱਕ 3100 ਰੁਪਏ ਸਾਲ ਦਾ ਦੇਣ ਲਈ 12 ਮਹੀਨੇ 3100 ਰੁਪਏ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਨੇ ਤੁਹਾਡੇ ਕੋਲ ਉਨੇ ਪੈਸੇ ਵੀ ਹੈ ਨਹੀਂ ਤੇ ਵਿਆਹ ਤੇ ਲੱਖਾਂ ਰੁਪਏ ਕਿੱਥੋਂ ਆਉਂਦਾ ਜੀ ਲਾਉਣ ਵਾਸਤੇ ਜਿੱਥੋਂ ਤੁਹਾਨੂੰ ਇੱਕ ਵਧੀਆ ਰਿਸ਼ਤਾ ਮਿਲਣਾ ਹੈ ਉੱਥੇ ਤੁਹਾਡੇ ਕੋਲ ਹੈ ਨਹੀਂ ਤੇ ਜਿਹੜੀ ਅੱਜ ਜਿਹੜੀ ਹੋਰ ਫਿਰ ਅਖਬਾਰਾਂ 'ਚ ਜਾ ਕੇ ਇੱਕ ਇੱਕ ਵਾਰ ਦੇ ਵਿੱਚ ਪੈਸੇ ਖਰਚਣਗੇ ਨੇ ਅਖਬਾਰਾਂ 'ਚ ਇਸ਼ਤਿਹਾਰ ਦੇਣ ਨੂੰ ਲੇਕਿਨ ਬਰਾਦਰੀ ਦੇ ਪਲੇਟਫਾਰਮ ਤੇ ਪੈਸੇ ਖਰਚਣ ਨੂੰ ਬਰਾਦਰੀਆ ਪਲੇਟਫਾਰਮ ਫ੍ਰੀ ਚੱਲਦਾ ਕਿ ਭਈ ਇੱਥੇ ਪੈਸੇ ਨਾ ਔਣ 7 ਸਾਲਾਂ ਹੀ ਫ੍ਰੀ ਵੀ ਚਲਾਇਆ 7 ਸਾਲੇ ਪੂਰੇ ਦਾ ਪੂਰਾ ਜਿਹੜਾ ਸਿਸਟਮ ਹੈ ਜੀ ਮੈਟਰੀ ਮੈਸੇਜ ਲੈ ਲੈਣੇ ਜੀ ਫਾਰਮ ਪਰਵਾ ਕੇ ਜੀ ਮੈਗਜ਼ੀਨ ਤੇ ਛਾਪੀ ਜਾਂਦੇ ਆ ਲੋਕਾਂ ਨੂੰ ਫ੍ਰੀ ਨੰਬਰ ਵੰਡੀ ਜਾਂਦੇ ਆ ਮੈਨੂੰ ਇਹ ਦੱਸਿਆ ਜਾਵੇ ਜੀ ਅੱਜ ਜਿਹੜੇ ਪਰਿਵਾਰ ਇਹ ਵੀਡੀਓ ਮੇਰੀ ਉਹ ਸੁਣ ਰਹੇ ਨੇ ਜਿਨ੍ਹਾਂ ਨੇ ਸਾਡੀ ਮੈਗਜ਼ੀਨ ਦੇ ਜ਼ਰੀਏ ਆਪਣੇ ਬੱਚਿਆਂ ਦੇ ਵਿਆਹ ਕਰਾਈ ਨੇ ਸਾਰਾ ਸਿਸਟਮ ਬਣਾਇਆ ਕੀ ਉਹਨਾਂ ਨੇ ਕਦੇ ਦੁਬਾਰਾ ਬਰਾਦਰੀ ਦਾ ਹਾਲ ਪੁੱਛਿਆ ਮੈਨੂੰ ਸੱਚੇ ਦਿਨ ਉਹ ਅੱਜ ਜਿਹੜੇ ਪਰਵਾ ਸੁਣ ਰਹੇ ਨੇ ਇਸ ਗੱਲ ਦਾ ਆਪਣੇ ਦਿਲ ਚ ਜਵਾਬ ਦੇਣ ਕਿ ਜਦੋਂ ਤੁਹਾਡਾ ਮੈਟ੍ਰੀਮੋਨੀਅਲ ਦਾ ਪ੍ਰੋਪੋਜ਼ ਪੂਰਾ ਹੋ ਗਿਆ ਕਿ ਤੁਸੀਂ ਕਦੇ ਬਰਾਦਰੀ ਦੇ ਪ੍ਰਧਾਨ ਦਾ ਬਰਾਦਰੀ ਦੀ ਆਰਗੇਨਾਈਜੇਸ਼ਨ ਦਾ ਗੁਰਦੁਆਰਾ ਸਾਹਿਬ ਕਦੇ ਮੱਥਾ ਵੀ ਟੇਕਣ ਆਇਓ ਕਦੇ ਨਹੀਂ ਆਉਂਦੇ ਜਿਹੜੇ ਚੰਗੇ ਨੇ ਉਹ ਕਿੰਨੇ ਨੇ 100 ਚ ਕੋਈ ਇੱਕ ਪ੍ਰਵਾਸ ਸਾਨੂੰ ਟੱਕਰ ਜਿ ਇੱਕ ਜਿਹਨੂੰ ਅਸੀਂ ਖਿੱਚ ਤੂ ਕੇ ਆਪਣੇ ਨਾਲ ਲਾ ਲਈਏ ਤਾਂ ਲੱਗ ਜੇ ਨਹੀਂ ਤਾਂ ਕਿਸੇ ਕੋਲ ਟਾਈਮ ਨਹੀਂ ਉਹਨਾਂ ਕੋਲ ਤਾਂ ਫਿਰ ਬਾਅਦ 'ਚ ਇੱਕ ਇੱਕ ਘੰਟਾ ਮੈਨਾਂ ਫੋਨ ਤੇ ਡਿਸਕਸ਼ਨ ਹੁੰਦੀ ਹੈ ਬੜਾ ਚੰਗਾ ਕੰਮ ਕਰ ਰਹੇ ਹੋ ਤੁਸੀਂ ਬਹੁਤ ਹੀ ਵਧੀਆ ਜੀ ਬਰਾਦਰੀ ਦਾ ਨਾਂ ਤਾਂ ਤੁਸੀਂ ਬਹੁਤ ਉੱਚਾ ਚੁਕਾਤਾ ਜੀ ਤੁਸੀਂ ਤਾਂ ਆਹ ਕਰਤਾ ਜੀ ਮੈਟ੍ਰਿਮੋਨੀਅਲ ਦੀ ਸਰਵਿਸ ਕਮਾਲ ਹੋ ਗਈ ਜੀ ਐਦਾਂ ਹੋ ਗਿਆ ਜੀ ਵੋ ਹੋ ਗਿਆ ਜੀ ਅਸੀਂ ਤਾਂ ਜੀ ਇੱਕ ਹੋਰ ਬੜਾ ਡਾਇਰੋ ਕਾਮਨ ਹੈ ਜੀ ਬਸ ਜੀ ਬੇਟੇ ਦਾ ਵਿਆਹ ਹੋ ਜਾਏਗੀ ਉਹ ਤੋਂ ਬਾਅਦ ਤਾਂ ਮੈਂ ਬਰਾਦਰੀ ਦੇ ਲੇਖੇ ਹੀ ਆ ਜੀ ਮੈਂ ਤਾਂ ਫਿਰ ਤੁਹਾਡੇ ਨਾਲ ਹੀ ਚੱਲਣਾ ਜਿੱਥੇ ਤੁਸੀਂ ਕਹੋਗੇ ਬਸ ਤੁਹਾਡੇ ਨਾਲ ਹੀ ਤੁਰਿਆ ਕਰਨਾ ਜੀ ਮੁੜ ਕੇ ਫੋਨ ਚੱਕਣੋ ਵੀ ਰਹਿ ਜਾਂਦੇ ਨੇ ਜੀ ਲੋਕ ਸਾਲ ਮਗਰੋਂ ਫੋਨ ਕਰਦੀ ਹੈ ਸਵਾਗਤ ਹੈ ਜੀ ਬਾਬਾ ਜੀ ਦਾ ਜਨਮ ਦਿਹਾੜਾ ਮਨਾ ਰਿਹਾ ਅੱਜ ਉਹ ਜੀ ਸਾਡੇ ਕੋਲ ਤਾਂ ਟਾਈਮ ਹੈ ਨਹੀਂ ਜੀ ਪਹਿਲਾਂ ਤਾਂ 10 ਮਿੰਟ ਸਾਨੂੰ ਪਛਾਨਣਗੇ ਨਹੀਂ ਤੁਸੀਂ ਕੌਣ ਬੋਲਦੇ ਹੋ ਕਿਹੜਾ ਗੁਰਦੁਆਰਾ ਸਾਹਿਬ ਕਿਹੜੀ ਸਭਾ ਅੱਛਾ ਨਹੀਂ ਸਾਡੇ ਕੋਲ ਤਾਂ ਟਾਈਮ ਹੈ ਇਦਾਂ ਦੇ ਬੇਫਕੂਫ ਲੋਕ ਨੇ ਤੇ ਅੱਜ ਮੈਂ ਮਾਫੀ ਚਾਹੁੰਦਾ ਮੇਰੀ ਗੱਲ ਕਿਸੇ ਨੂੰ ਮਾੜੀ ਲੱਗੇ ਪਰ ਇਹ ਸੱਚਾਈ ਹੈ ਜੇ ਅੱਜ ਵੀ ਅਸੀਂ ਨਾ ਤੁਰੇ ਤੇ ਫਿਰ ਕੱਲ ਇਹ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਅੱਜ ਸਿਰਫ ਇਹ ਕਹਿੰਦੀ ਆ ਦੂ ਬੜੀ ਹੈ ਕੌਣ ਨੇ ਇਹ ਤੋਂ ਵੀ ਮਾੜੀ ਪੋਜੀਸ਼ਨ ਤੇ ਆਪਾਂ ਜਾ ਕੇ ਖੜੇ ਹੋਵਾਂਗੇ ਸੋਇਤਔਰ ਇਹਨਾਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਵੀਡੀਓ ਪੂਰੀ ਸੁਣੀ ਜਿਹੜਾ ਨੇ ਨਹੀਂ ਸੁਣੀ ਭਾਈ ਉਹ ਮੈਨੂੰ ਪਤਾ ਫਿਰ ਮਰੇ ਜ਼ਮੀਰ ਵਾਲੇ ਲੋਕ ਨੇ ਉਹਨਾਂ ਚ ਜਾਨ ਫੁੱਕਣ ਦਾ ਛੱਡ ਦਿੱਤਾ ਮੈਂ ਥੈਣੀ ਦੀ ਇਹ ਹੁਣ ਸਮਾਂ ਦਸੂਗਾ ਇਹ ਬਾਬੇ ਅਗੇ ਸਾਡੀ ਅਰਦਾਸ ਹੈ ਜੋ ਅਸੀਂ ਕੰਮ ਕਰ ਰਹੇ ਆ ਇਹ ਸਾਡਾ ਗੁਰੂਬਾਰਾ ਜਾਣਦੇ ਨੇ ਤੇ ਬਾਬਾ ਜੱਸਾ ਸਿੰਘਾਂਧੂ ਬੜੀਏ ਜਾਣਦਾ ਕਿ ਭਈ ਅਸੀਂ ਕਿਸ ਡੈਡੀਕੇਸ਼ਨ ਨਾਲ ਇਸ ਕੰਮ ਤੇ ਲੱਗੇ ਆ ਜੇ ਅੱਜ ਵੀ ਸਾਡੀ ਬਾਹ ਫੜਨ ਦੀ ਸਾਰੇ ਲੋਕ ਤਿਆਰ ਨਹੀਂ ਹੁੰਦੇ ਤੇ ਫਿਰ ਜਿਹੜੇ ਲੋਕ ਇਕੱਠੇ ਹੋਏ ਨੇ ਉਹ ਜਿਸ ਢੰਗ ਨਾਲ ਕੰਮ ਕਰ ਰਹੇ ਨੇ ਉਹ ਕਿੰਤੂ ਪਰੰਤੂ ਕਰਕੇ ਸਾਨੂੰ ਡੀਮੋਰਲਾਈਜ਼ ਕਰਨ ਦਾ ਵੀ ਤੁਹਾਡਾ ਕੰਮ ਨਹੀਂ ਹੈਗਾ ਸਾਰੀਆਂ ਗੱਲਾਂ ਦਾ ਜੇ ਕੋਈ ਮੈਂ ਗਲਤ ਗੱਲ ਕਹਿ ਗਿਆ ਹੋਊਗਾ ਜੀ ਤੇ ਉਹਦਾ ਸ਼ਮਾ ਦਾ ਜਾਂ ਚੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ